ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਹੈ, ਕਿਸੇ ਦਾ ਜੂਠਾ ਖਾਣਾ ਨਹੀਂ, ਕਿਸੇ ਨੂੰ ਆਪਣਾ ਜੂਠਾ ਦੇਣਾ ਨਹੀਂ। ਸ਼ੀਤ ਪ੍ਰਸ਼ਾਦ ਖਾਧਿਆਂ ਕਿਸੇ ਦਾ ਭਲਾ ਨਹੀਂ ਹੁੰਦਾ, ਇਸ ਕਰਕੇ ਸ਼ੀਤ ਪ੍ਰਸ਼ਾਦ ਦਾ ਚੱਕਰ ਛੱਡੋ ਅਤੇ ਕਿਸੇ ਦਾ ਜੂਠਾ ਖਾਣਾ ਵੀ ਸਾਰੇ ਜਾਣੇ ਛੱਡੀਏ। ਦਸਵੇਂ ਪਾਤਸ਼ਾਹ ਦੀ ਦੱਸੀ ਹੋਈ ਇਹ ਮਰਿਆਦਾ ਸਾਡੀ ਸਿਹਤ ਵਾਸਤੇ ਅਤੇ ਪੂਰਨ ਰੂਪ 'ਚ ਵਿਗਿਆਨਕ ਹੈ, ਕਿਉਂਕਿ ਇਸ ਮਰਿਆਦਾ ਦੇ ਵਿੱਚ ਬੜਾ ਵਧੀਆ ਦੱਸਿਆ ਗਿਆ ਹੈ। ਅਤੇ ਇਹ ਮਰਿਆਦਾ ਦੀ ਵਿਆਖਿਆ ਮੈਂ ਇਹ ਕਰ ਰਿਹਾ ਕਿ ਜੂਠਾ ਕਿਉਂ ਨਹੀਂ ਖਾਣਾ ਕਿਸੇ ਦਾ। ਜਦੋਂ ਅਸੀਂ ਕਿਸੇ ਦਾ ਜੂਠਾ ਖਾਂਦੇ ਹਾਂ ਉਹਦੇ ਵਿੱਚ ਸਾਨੂੰ ਕਈ ਪ੍ਰਕਾਰ ਦੇ ਰੋਗ ਲੱਗਣ ਦੀ ਸੰਭਾਵਨਾ ਰਹਿੰਦੀ ਹੈ। ਸਾਨੂੰ ਕੀ ਪਤਾ ਕਿ ਕਿਸੇ ਨੂੰ ਕਿਸ ਤਰ੍ਹਾਂ ਦੇ ਰੋਗ ਨੇ, ਔਰ ਭਾਵੇਂ ਪਰਿਵਾਰ ਵਿੱਚ ਵੀ ਜੂਠਾ ਨਹੀਂ ਖਾਣਾ ਚਾਹੀਦਾ। ਪਰਿਵਾਰ ਦੀ ਗੱਲ ਨੂੰ ਛੱਡ ਕੇ ਜਦੋਂ ਅਸੀਂ ਬਾਹਰਲਿਆਂ ਨਾਲ ਅਣਜਾਣੇ ਲੋਕਾਂ ਨਾਲ ਬੈਠਦੇ ਹਾਂ ਉੱਥੇ ਸਾਨੂੰ ਕਿਸੇ ਦਾ ਵੀ ਜੂਠਾ ਨਹੀਂ ਖਾਣਾ ਚਾਹੀਦਾ। ਸਾਨੂੰ ਇਹ ਵੀ ਨਹੀਂ ਪਤਾ ਕਿ ਜਿਹਦੇ ਨਾਲ ਬੈਠ ਕੇ ਅਸੀਂ ਰੋਟੀ ਖਾਂਦੇ ਹਾਂ ਉਹਨੇ ਰੋਟੀ ਖਾਣ ਲੱਗਿਆ ਹੱਥ ਵੀ ਧੋਤੇ ਨੇ ਕਿ ਨਹੀਂ। ਮੁੱਖ ਰੂਪ ਦੇ ਵਿੱਚ ਜਦੋਂ ਰੈਸਟੋਰੈਂਟ, ਢਾਬੇ, ਹੋਟਲਾਂ 'ਤੇ ਬੈਠ ਕੇ ਖਾਂਦੇ ਹਾਂ ਉੱਥੇ ਬੜੀ ਤਰ੍ਹਾਂ ਦੇ ਹਜ਼ਾਰਾਂ ਹੀ ਲੋਕ ਆਏ ਹੁੰਦੇ ਨੇ ਜਿਨ੍ਹਾਂ ਦਾ ਕੋਈ ਪਤਾ ਨਹੀਂ ਹੁੰਦਾ ਕੌਣ ਕੌਣ ਕਿਸ ਤਰ੍ਹਾਂ ਦਾ, ਮਾਸ ਸ਼ਰਾਬ ਖਾਣ ਵਾਲਾ, ਸਿਗਰਟ ਪੀਣ ਵਾਲਾ। ਅਤੇ ਉਹੋ ਹੀ ਲੋਕ ਜਿਹੜੇ ਨੇ ਉਹਨਾਂ ਨੂੰ ਕਿਸ ਪ੍ਰਕਾਰ ਦੇ ਰੋਗ ਨੇ, ਉਹਨਾਂ ਨੇ ਕਈ ਵਾਰੀ ਖਾਣ ਲੱਗਿਆਂ ਆਪਣੇ ਮੂੰਹ ਵਿੱਚ ਹੱਥ ਪਾ ਲੈਂਦੇ ਨੇ ਅਤੇ ਗਰਾਈ, ਬੁਰਕੀ ਜਾਂ ਕੋਈ ਛੋਟਾ ਟੁਕੜਾ ਮੂੰਹ 'ਚ ਪਾਉਣ ਲੱਗਿਆਂ ਵੀ ਉਹ ਆਪਣੀ ਉਂਗਲ ਅਤੇ ਅੰਗੂਠਾ ਵੀ ਪੂਰੇ ਦਾ ਪੂਰਾ ਮੂੰਹ 'ਚ ਪਾ ਲੈਂਦੇ ਨੇ। ਉਹੋ ਹੀ ਥੁੱਕਦਾ ਲਿਬੜਿਆ ਫਿਰ ਉਹ ਭੋਜਨ ਨੂੰ ਲੱਗਦਾ, ਉਹਦੇ ਨਾਲ ਉਹਨਾਂ ਦੀ ਜੂਠ ਸਾਡੇ ਅੰਦਰ ਜਾਂਦੀ ਹੈ, ਉਹਦੇ ਨਾਲ ਸਾਨੂੰ ਰੋਗ ਲੱਗਣ ਦਾ ਡਰ ਰਹਿੰਦਾ। ਇਸ ਕਰਕੇ ਸਾਨੂੰ ਕਿਸੇ ਦਾ ਜੂਠਾ ਨਹੀਂ ਖਾਣਾ ਚਾਹੀਦਾ ਅਤੇ ਆਪਣੇ ਸਰੀਰ ਨੂੰ ਅਰੋਗ ਰੱਖਣਾ ਚਾਹੀਦਾ। ਸਤਿ ਸ੍ਰੀ ਅਕਾਲ।